ਅੱਜ ਸ਼ਹੀਦ ਊਧਮ ਸਿੰਘ ਦੇ 81ਵੇਂ ਸ਼ਹੀਦੀ ਦਿਹਾੜੇ ਦੇ ਉੱਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜਾ ਉਹਨਾਂ ਦਾ ਮੈਮੋਰੀਅਲ ਆ ਉਹਦਾ ਉਦਘਾਟਨ ਕੀਤਾ ਗਿਆ। ਤਸਵੀਰਾਂ ਤੁਹਾਨੂੰ ਸਾਫ਼ ਦਿਖਾ ਦਿੰਦੇ ਹਾਂ ਕਿ ਜਿਹੜਾ ਇਸ ਮੈਮੋਰੀਅਲ ਦੇ ਵਿੱਚ ਸ਼ਹੀਦ ਦਾ ਤਾਂਬੇ ਦਾ ਆਦਮਕਦ ਬੁੱਤ ਲਗਾਇਆ ਗਿਆ ਹੈਗਾ। ਕੋਵਿਡ ਦੇ ਚੱਲਦਿਆਂ ਜਿਹੜਾ ਛੋਟੇ ਰੂਪ ਦੇ ਵਿੱਚ ਇੱਥੇ ਸਮਾਗਮ ਰੱਖਿਆ ਗਿਆ ਸੀਗਾ, ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਸ਼ਿਰਕਤ ਕੀਤੀ ਆ। ਥੋੜ੍ਹੀ ਦੇਰ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਜਿਹੜਾ ਉਦਘਾਟਨ ਹੈਗਾ ਉਹ ਬੁੱਤ ਦਾ ਕੀਤਾ ਗਿਆ ਹੈਗਾ। ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਸੀਗੇ ਇੱਥੇ ਪਹੁੰਚੇ ਸੀਗੇ, ਤਸਵੀਰਾਂ ਤੁਹਾਨੂੰ ਸਾਫ਼ ਦਿਖਾ ਰਿਹਾਂਗੇ। ਇਸ ਦੇ ਨਾਲ ਹੀ ਜਿਹੜੀਆਂ 4 ਕੰਕਰੀਟ ਦੀਆਂ ਵਾਲ ਬਣਾਈਆਂ ਗਈਆਂ ਨੇ ਜਿਹਦੇ ਉੱਪਰ ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈਗੀ। ਅੱਜ ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਨਾਲ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂਗੇ। ਸਰ, ਅੱਜ ਕੈਪਟਨ ਅਮਰਿੰਦਰ ਸਿੰਘ ਇੱਥੇ ਆਏ ਸੀਗੇ, ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ? ਕੈਪਟਨ ਅਮਰਿੰਦਰ ਸਿੰਘ ਅੱਜ ਇੱਥੇ ਸ਼ਹੀਦ ਊਧਮ ਸਿੰਘ ਦੇ ਮਿਊਜ਼ੀਅਮ ਦੀ ਜੋ ਲੰਬੇ ਸਮੇਂ ਤੋਂ ਮੰਗ ਚੱਲੀ ਆ ਰਹੀ ਸੀ, ਕਰੀਬ 25 ਸਾਲ ਤੋਂ ਰਾਜਨੀਤੀ ਦੀ ਭੇਟ ਚੜ੍ਹਦਾ ਆ ਰਿਹਾ ਸੀ, ਉਹ ਅੱਜ ਪੂਰੀ ਹੋ ਚੁੱਕੀ ਹੈ। ਉਸਦਾ ਉਦਘਾਟਨ ਕਰਨ CM ਸਾਹਿਬ ਖੁਦ ਆਏ ਸੀ, ਪਰਿਵਾਰ ਵੱਲੋਂ ਵਧਾਈ ਵੀ ਦਿੱਤੀ ਗਈ ਅਤੇ ਦਮਨ ਸਿੰਘ ਬਾਜਵਾ ਨੂੰ ਵੀ ਪਰਿਵਾਰ ਵੱਲੋਂ ਵਧਾਈ ਦਿੱਤੀ ਗਈ। ਪਰ ਜਿੱਥੇ ਪਰਿਵਾਰ ਵੱਲੋਂ ਖੁਸ਼ੀ ਦੀ ਗੱਲ ਆ, ਉੱਥੇ ਅਸੀਂ ਇੱਕ ਬੜੀ ਦੁੱਖ ਦੀ ਗੱਲ ਇਹ ਸੀ ਕਿ ਜੋ ਸ਼ਹੀਦ ਊਧਮ ਸਿੰਘ ਦੀ ਆਖਰੀ ਭੈਣ ਆਸ਼ ਕੌਰ ਜੋ 34 ਸਾਲ ਬਾਅਦ ਸ਼ਹੀਦ ਦੀਆਂ ਅਸਥੀਆਂ ਲੈ ਕੇ ਆਈ ਸੀ, ਜਿਸ ਨੂੰ ਅੰਗਰੇਜ਼ਾਂ ਨੇ ਆਖਰੀ ਵਾਰਸ ਮੰਨ ਕੇ ਅਸਥੀਆਂ ਦਿੱਤੀਆਂ ਸੀ, ਅਤੇ ਮੌਕੇ 'ਤੇ ਸਰਕਾਰ ਗਿਆਨੀ ਜੈਲ ਸਿੰਘ ਨੇ ਸਰਕਾਰੀ ਪੈਨਸ਼ਨ ਲਾ ਕੇ ਸਨਮਾਨਿਤ ਕੀਤਾ ਸੀ। ਅੱਜ ਉਸ ਆਸ਼ ਕੌਰ ਦਾ ਸਾਨੂੰ ਲੱਗਿਆ ਸ਼ਹੀਦ ਊਧਮ ਸਿੰਘ ਦੇ ਮਿਊਜ਼ੀਅਮ ਦੇ ਵਿੱਚ ਜ਼ਿਕਰ ਤੱਕ ਨਹੀਂ ਹੋਇਆ, ਨਾ ਹੀ ਆਸ਼ ਕੌਰ ਦੀ ਕੋਈ ਫੋਟੋ ਲੱਗਣ ਦੀ ਪ੍ਰਵਾਨਗੀ ਦਿੱਤੀ। ਇਸ ਸੰਬੰਧੀ ਅਸੀਂ CM ਸਾਹਿਬ ਨਾਲ ਗੱਲ ਕੀਤੀ ਕਿ ਜਾਂ ਤਾਂ ਤੁਸੀਂ ਆਸ਼ ਕੌਰ ਨੂੰ ਕਾਨੂੰਨ ਵਾਰਸ ਮੰਨ ਹੀ ਲਓ ਜਾਂ ਸਾਨੂੰ ਸਾਈਡ 'ਤੇ ਰੱਖ ਦਿਓ, ਅਤੇ ਸਾਨੂੰ ਪਰਿਵਾਰ ਨੂੰ ਨਾਰਾਜ਼ਗੀ ਤਾਂ ਨਹੀਂ ਹੋਊਗੀ। ਕੈਪਟਨ ਸਾਹਿਬ ਨੇ ਪੂਰਾ ਧਿਆਨ ਦਿੱਤਾ ਅਤੇ DC ਸੰਗਰੂਰ ਨੂੰ ਹੁਕਮ ਵੀ ਦਿੱਤੇ ਨੇ, ਦੇਖੋ DC ਸਾਹਿਬ 'ਤੇ ਹੁਣ ਕਿੰਨਾ ਅਸਰ ਹੁੰਦਾ। ਕੀ ਪਰਿਵਾਰ ਦੀ ਵੀ ਕੋਈ ਆਰਥਿਕ ਮਦਦ ਜਾਂ ਪਰਿਵਾਰ ਲਈ ਵੀ ਕੋਈ ਕਿਸ ਤਰ੍ਹਾਂ ਦਾ ਐਲਾਨ ਹੋਇਆਗਾ? ਪਰਿਵਾਰ ਲਈ ਸਾਡੀ ਕੋਈ ਆਰਥਿਕ ਮੰਗ ਤਾਂ ਨਹੀਂ ਹੈਗੀ, ਪਰ ਸਰਕਾਰ ਵੱਲੋਂ ਕੁਛ ਸਮੇਂ ਪਹਿਲਾਂ 2007 ਦੇ ਵਿੱਚ 2 ਲੈਟਰ ਦਿੱਤੇ ਸੀ ਨੌਕਰੀਆਂ ਦੇ, ਜੋ ਅੱਜ ਤੱਕ ਲਈ ਫਿਰ ਰਹੇ ਹਾਂ, ਕੋਈ ਕਾਰਵਾਈ ਬਾਈ ਨਹੀਂ ਹੋਈ ਉਹਨਾਂ 'ਤੇ। ਨੌਕਰੀਆਂ ਮਿਲਣੀ ਤਾਂ ਦੂਰ ਦੀ ਗੱਲ ਆ, ਦਫ਼ਤਰਾਂ ਦੀ ਖੱਜਲ ਖੁਆਰੀ ਆ, ਪਰ ਅਸੀਂ ਕਮਾ ਕੇ ਖਾਣ ਵਾਲੇ ਬੰਦੇ ਹਾਂ, ਸਾਨੂੰ ਕੋਈ ਇਸ ਤਰ੍ਹਾਂ ਦੀ ਲੋੜ ਨਹੀਂ ਹੈਗੀ ਪਰਿਵਾਰ ਨੂੰ। ਜੇਕਰ ਗੱਲ ਕਰੀ ਜਾਵੇ ਤਾਂ 1974 ਤੋਂ ਬਾਅਦ ਕਾਫੀ ਲੰਮਾ ਸਮਾਂ ਹੋ ਗਿਆ ਹੈਗਾ ਸ਼ਹੀਦ ਊਧਮ ਸਿੰਘ ਦੀ ਅਸਥੀਆਂ ਨੂੰ ਇੱਥੇ ਆਇਆ ਨੂੰ, ਤਾਂ ਲੰਮੀ ਉਡੀਕ ਦੇ ਬਾਅਦ ਅੱਜ ਇਹ ਮੈਮੋਰੀਅਲ ਬਣਿਆ ਹੈਗਾ। ਕਿਸ ਤਰ੍ਹਾਂ ਦੇਖਦੇ ਹੋ ਵੀ ਐਡਾ ਵੱਡਾ ਸ਼ਹੀਦ ਦਾ ਰੁਤਬਾ ਸੀਗਾ, ਸਰਕਾਰਾਂ ਨੇ ਕਿਤੇ ਜਿਹੜਾ ਲੰਮਾ ਸਮਾਂ ਸੀਗਾ ਉਹ ਲਗਾ ਦਿੱਤਾ? ਦੇਖੋ, ਸਰਕਾਰਾਂ ਆਪਾਂ ਦੇਖਦੇ ਹਾਂ ਨਾ, ਜੇ ਸ਼ਹੀਦ ਨੇ ਮੇਰੇ ਖਿਆਲ 'ਚ ਅੱਜ ਕੱਲ੍ਹ ਰੈਲੀਆਂ ਕਰਨ ਲਈ ਰਹਿ ਗਏ, ਇੰਨਾ ਲੰਬਾ ਸਮਾਂ ਬਹੁਤ ਮਾੜੀ ਗੱਲ ਆ। ਜੋ ਸ਼ਹੀਦ ਊਧਮ ਸਿੰਘ ਦੀ ਅਸੀਂ ਕੁਰਬਾਨੀ ਦੇਖੀਏ, ਇੰਨੀ ਵੱਡੀ ਕੁਰਬਾਨੀ ਆ, ਅੱਜ ਸੁਨਾਮ ਦੇ ਵਿੱਚ ਮਿਊਜ਼ੀਅਮ ਦਾ ਕੀ, ਯੂਨੀਵਰਸਿਟੀਆਂ ਮੈਡੀਕਲ ਕਾਲਜ ਹੋਣੇ ਸੀ, ਪਰ ਸਾਨੂੰ ਲੱਗਦਾ ਇਹ ਬਹੁਤ ਛੋਟੀ ਚੀਜ਼ ਬਣਾਈ ਗਈ ਆ। ਸ਼ਹੀਦ ਦੇ ਕੁਰਬਾਨੀ ਦੇ ਕੱਦ ਨੂੰ ਦੇਖਦੇ ਹੋਏ ਸੁਨਾਮ ਦੇ ਵਿੱਚ ਇੱਕ ਵੱਡਾ ਮੈਡੀਕਲ ਕਾਲਜ ਯੂਨੀਵਰਸਿਟੀ ਹੋਣੀ ਸੀ, ਜੋ ਹਜੇ ਅਸੀਂ ਅਧੂਰਾ ਕੰਮ ਆਏ ਸਰਕਾਰ ਵੱਲੋਂ। ਮਾਤਾ ਜੀ, ਕਿਵੇਂ ਦੇਖਦੇ ਹੋਗੇ ਪਰਿਵਾਰਕ ਮੈਂਬਰ ਦੇ ਤੌਰ 'ਤੇ ਅੱਜ ਸ਼ਹੀਦ ਊਧਮ ਸਿੰਘ ਦਾ ਜਿਹੜਾ ਤਾਂਬੇ ਦਾ ਬੁੱਤ ਹੈਗਾ ਲਗਾਇਆ ਗਿਆ, ਇੱਥੇ ਮੈਮੋਰੀਅਲ ਬਣਾਇਆ ਗਿਆ ਹੈਗਾ, ਕਿਵੇਂ ਦੇਖਦੇ ਹੋ? ਸਾਨੂੰ ਬਹੁਤ ਖੁਸ਼ੀ ਹੈ ਜੀ, ਬਹੁਤ ਸਾਨੂੰ ਅੱਜ ਉਮੀਦ ਕਰ ਗਿਆ ਆਪਣੇ ਕੈਪਟਨ ਸਾਹਿਬ, ਸਾਡੇ ਮਨ ਬਹੁਤ ਜ਼ਿਆਦਾ ਖੁਸ਼ੀ ਕਰ ਗਿਆ, ਕਿਉਂਕਿ ਸਾਡੀ ਗੱਲਬਾਤ ਖੜ੍ਹ ਕੇ ਸੁਣੀਆਂ ਆਰਾਮ ਨਾਲ, ਬਹੁਤ ਵਧੀਆ, ਸਾਨੂੰ ਆਨੰਦ ਆਇਆ। ਸੋ ਪਰਿਵਾਰ ਦਾ ਕਹਿਣਾ ਗਾ ਕਿ ਉਹਨਾਂ ਦੇ ਵਿੱਚ ਖੁਸ਼ੀ ਵੀ ਹੈਗੀ, ਪਰ ਕਿਤੇ ਨਾ ਕਿਤੇ ਪਰਿਵਾਰ ਦੇ ਇਹ ਵੀ ਸਵਾਲ ਨੇਗੇ ਕਿ ਜਿਹੜੀ ਸ਼ਹੀਦ ਊਧਮ ਸਿੰਘ ਦੀ ਭੈਣ ਸੀਗੀ, ਅੱਜ ਉਹਨਾਂ ਦਾ ਨਾਮ ਤੱਕ ਨਹੀਂ ਇੱਥੇ ਲਿਆ ਗਿਆ, ਉਹਨਾਂ ਨੂੰ ਅਣਗੌਲਿਆਂ ਕੀਤਾ ਗਿਆ, ਤਾਂ ਨਾਲ ਨਾਲ ਪਰਿਵਾਰ ਦਾ ਇਹ ਵੀ ਕਹਿਣਾ ਗਿਆ ਕਿ ਉਹ ਲੰਮੇ ਸਮੇਂ ਤੋਂ ਜਿਹੜੀ ਮੰਗ ਸੀਗੀ ਸੁਨਾਮ ਵਾਸੀਆਂ ਦੀ ਅਤੇ ਪਰਿਵਾਰ ਦੀ ਵੀ, ਉਹ ਅੱਜ ਪੂਰੀ ਹੋਈ ਹੈ, ਉਹ ਖੁਸ਼ ਨੇ। ਮੈਂ ਕੁਲਵੀਰ ਸਿੰਘ, ਨਿਊਜ਼ 24, ਸੰਗਰੂਰ।